ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਹਰੀਕੇ ਦੀ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦ ਮਹਾਰਾਸ਼ਟਰ ਤੋਂ ਕੇਲਿਆਂ ਵਾਲੇ ਦੋ ਟਰੱਕ ਜੋ ਕਿ ਪੰਜਾਬ ਦੇ ਪਠਾਨਕੋਟ ਲਿਜਾਏ ਜਾ ਰਹੇ ਸਨ ਨੂੰ ਪ੍ਰਿੰਗਾੜੀ ਪਿੰਡ ਵਿੱਚ ਨਾਕਾਬੰਦੀ ਦੌਰਾਨ ਜਦ ਰੋਕ ਕੇ ਟਰੱਕਾਂ ਦੀ ਜਾਂਚ ਕਰਨੀ ਚਾਹੀ ਤਾਂ ਟਰੱਕ ਲਿਆ ਰਹੇ 3 ਵਿਅਕਤੀ ਟਰੱਕ ਛੱਡ ਕੇ ਦੌੜਨ ਲੱਗੇ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਕਾਬੂ ਕਰ ਲਿਆ। ਅਤੇ ਜਦ ਇਹਨਾਂ ਟਰੱਕਾਂ ਦੀ ਜਾਂਚ ਕੀਤੀ ਗਈ ਤਾਂ ਇਹਨਾਂ ਵਿੱਚੋਂ ਇੱਕ ਟਰੱਕ ਵਿੱਚੋਂ 39 ਕਿਲੋ ਚੁਰਾ ਪੋਸਤ ਬਰਾਮਦ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ DSP ਹਰੀਸ਼ ਪਹਿਲ ਨੇ ਦੱਸਿਆ ਕਿ ਟਰੱਕ ਦਾ ਮਾਲਕ ਬਲਜੀਤ ਸਿੰਘ ਪਹਿਲਾਂ ਹੀ 60 ਕਿਲੋ ਚੁਰਾ ਪੋਸਤ ਦੇ ਮਾਮਲੇ ਵਿੱਚ ਗ੍ਰਿਫਤਾਰ ਹੈ, ਜਦਕਿ ਉਸਦਾ ਭਰਾ ਕੁਲਦੀਪ ਸਿੰਘ ਵੀ ਇਸ ਧੰਦੇ ਵਿੱਚ ਲੱਗਾ ਹੋਇਆ ਸੀ, ਜਿਸ ਨੂੰ ਦੋ ਹੋਰ ਵਿਅਕਤੀਆਂ ਬਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਕਾਬੂ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ। ਮੋੜ ਪ੍ਰਿੰਗੜੀ ਉੱਥੇ ਨਾਕਾ ਲਾਇਆ ਹੋਇਆ ਸੀਗਾ ਅਤੇ ਇੱਕ ਟਰੱਕ ਇਹਨਾਂ ਨੇ PB46M8009 ਇਹਨਾਂ ਨੂੰ ਰੋਕਿਆ ਅਤੇ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਉਹ ਟਰੱਕ ਦੇ ਵਿੱਚ ਸਵਾਰ 3 ਬੰਦੇ ਉੱਥੋਂ ਮੌਕੇ ਤੋਂ ਭੱਜਣ ਲੱਗੇ, ਜੋ ਇਹਨਾਂ ਨੇ ਆਪਣੀ ਪੁਲਿਸ ਪਾਰਟੀ ਨਾਲ ਕਾਬੂ ਕਰ ਲਏ। ਕਾਬੂ ਕਰਕੇ ਅਤੇ ਉਹਨਾਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਅਤੇ ਉਹਦੇ ਵਿੱਚੋਂ 39 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਹੈ ਅਤੇ NDPS ਦੇ ਤਹਿਤ ਕੇਸ ਰਜਿਸਟਰਡ ਇਹਨਾਂ ਤਿੰਨਾਂ ਦੇ ਖਿਲਾਫ਼ ਕਰ ਲਿਆ ਗਿਆ ਅਤੇ ਇਹਨਾਂ ਨੂੰ ਅਰੈਸਟ ਕਰ ਲਿਆ। ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਇਹ ਪਤਾ ਕੀਤਾ ਜਾਏਗਾ ਵੀ ਇਹ ਕਿੱਥੋਂ ਮਾਲ ਲਿਆ ਰਹੇ ਸੀ, ਅੱਗੇ ਇਹਨਾਂ ਨੇ ਕਿੱਥੇ ਦੇਣਾ ਸੀਗਾ। ਕੇਮ ਕਰਨ ਤੋਂ ਹੀਰਾ ਕੰਡਾ ਜੀਵੇ ਪੰਜਾਬ TV।